ਜਾਨ ਵੰਨਣ ਲੱਗ ਪਿਆ ਸਟੇਡੀਅਮ ਤੇ ਨਬੀ ਨਬੀ 4 ਕਿਲੋਮੀਟਰ ਬੰਦ ਕਰੇ ਆਇਆ ਹੂੰ ਰਸਤੇ ਦਾ ਪਰ ਹਾਣੇ ਇਹਨਾਂ ਦੇ ਨਪੋ ਤਾਂ ਬਗਰ ਬਗਰ ਲਈ ਪਿਆ ਨ ਵੰਨਣ ਲੱਗ ਪਿਆ ਸਟੇਡੀਅਮ ਤੇ ਜੀਆਂ ਸੀਨ ਬਿਠੋ ਤਾਂ ਉਹ ਤਾਂ ਕੇ ਅਸਾਂ ਬੁਧਾਈ ਹੁੰਦਾ ਗੇਟ ਨੰਬਰ 5 ਤੇ ਲੰਬੀ ਕਤਾਰ ਲਗੀ ਪਈ ਆ ਹਾਂ ਇਹ ਜਿਹੜਾ ਪੂਰੀ ਅਸਾਂ ਦਰਪਦਰ ਬੈਠਾ ਆਇਓ ਇੱਥੇ ਇਹ ਗੇਟ ਪੂਰੀ ਥੇ ਕਤਾਰ ਪੂਰੀ ਥੀਂਦੀ ਆ ਵਰੀ ਅੰਤ ਖਾਂ ਪੋਇ ਵਰੀ ਮਨ ਅਸਾਂ ਨੰਬਰ ਈਂਦਾ ਪੋਇ ਚੈਕਿੰਗ ਥੀਂਦੀ ਟਿਕਟੂਂ ਗੇਟ ਪਾਸੂ ਥੀਂਦੀਆਂ ਚੈੱਕ ਫਲਾਣੋ ਟੀਰੋ ਮਟੀਰੋ ਦਰਪਦਰ ਲਗਾ ਪਿਆ ਗਰਮੀ ਵਠੀ ਗਈ ਆਸੇ ਉੱਥੇ ਪੁੱਜੋ ਬਾਜੋ ਕਾਢ ਕਿਹੜੇ ਬਾਜੋ ਬਾਜੋ ਕਾਢਿਓ ਬਾਜੋ ਇਹ ਤਾਂ ਤਾਂ ਲਾਈਨ ਲੱਗੀ ਪਈ ਆਏ ਇਹ ਦਰਪਦਰ ਇਹ ਮਾਂ ਇਹ ਹੇੜੇ ਮਵਾਲੋ ਇਹ ਦਰਪਦਰ ਲਾਈਨ ਨੂੰ ਵਹੀ ਤਾਂ ਪੁੱਤੀ ਆ ਹੁਣ ਸਾਈਡ ਤੇ ਬਾਜੋ ਫੁੱਲ ਸਾਈਜ਼ ਬਾਜੋ ਅਥਵਾ झंडो भी आए हम तो वन स्टेडियम में तो मजा थींदा हवा लाइन दे करे लाइन लाइन दिसो ये सभी लाइन अली असला लाइन में बिठा ही ना हो ये सभी लाइन अली भाई ए वनी ओ मेन गेट तई लाइन पूरी आ हेमल लाइन बिठायो लाइन तो आरवे वेलन में इंतजार ਬਾਜਾ 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 ਦੇ ਪੂਜਾ ਬਾਜਾ ਨਬੀ ਨਬੀ 5 ਵਜੇ ਖਾਂ ਉੱਠ ਆਇਆ ਹੋਇਆਸੀਂ 5 ਖਾਂ ਉੱਠੀ ਆ ਹੋਇਆ ਹਿਮਲਾ ਮੈਂ ਸਾਡਾ 6:30 ਆ ਡੇਢ ਬ ਕਲਾਕ ਹਲੀ ਨਾ ਵੇਠੋ ਆਇਓ ਲਾਈਨ ਮੈਂ ਬਿਠਾ ਨਾ 5 ਚੱਕਰ 7 ਵਜੇ ਕ੍ਰਿਕਟ ਸਟਾਰਟ ਹਣੀ ਆ ਛਾ ਸੀਨ ਥੀਂਦੋ ਖਬਰ ਹੀ ਨਾ ਹੈ ਇਹ ਮਾਦਰ ਚੋ ਅਥਵ ਘਰ ਅਟੀਅਲ ਹਾਂ ਘਰ ਵੀ ਨਾ ਆਲਮਾ ਇਹ ਖਲਕੇ ਆਵਾਮ ਇਹ ਖਬਰ ਨਾ ਆਇਆ ਘਣਾ ਮਿਟਾਂ ਆਦਰ ਜੋਤ ਕਰਕੇ ਯਹਾਂ ਪਰ ਪਹੁੰਚੇ ਭਾਈ ਜਾਨ
ਖੜੀਂਦੋ ਇੰਗਲੈਂਡ ਖੜੀਂਦੋ ਭਾਉ ਤੇ ਆਸਟ੍ਰੇਲੀਆ ਤੇ ਪਾਕਿਸਤਾਨੀ ਬੇਜਾ ਇੰਗਲੈਂਡ ਕਿਉਂ ਕਰੇ ਆਈ ਆ ਓਕੇ ਪਾਕਿਸਤਾਨ ਹਲਾਇਆ ਤੀ 28 ਬਾਲ 32 ਤੋਂ ਗਵੇ ਪਰ ਪਾਕਿਸਤਾਨ ਦਾ ਕੰਮ ਲਈ ਵੀ ਆਣ ਹਾਂ ਬਾਲਿੰਗ ਨੇ ਤੋਂ ਅਗਰ ਕਿਹੜੇ ਹਿਸਾਬ ਦਾ ਹਲੇ ਦੀ ਦਾਰੀ ਪੁਣ ਕਰੀ ਸੀ ਸਕਦਾ ਤਾਂ ਬਾਕੀ ਪਾਕਿਸਤਾਨ ਹਰਾਨ ਵਾਰੀ ਆਏ ਜੀਓ 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 ਕਿਲੋਮੀਟਰ ਬੰਦ ਕਰੇ ਆਇਆ ਗਾੜੀ ਕੀ ਹੋਈ ਆ ਪੈਂਚਰ ਹਵਾ ਲਓ ਦਰਪਦਰ ਗੈਰੂ ਦਰਪਦਰ ਕ੍ਰਿਕਟ ਤਾਂ ਭਾਈ ਬਾੜ ਮੇ ਭਾਈ ਹਾਰਾ ਹੈ ਪਾਕਿਸਤਾਨ ਪਹਿਰੀ ਮੈਚ ਵਾਪਸੀ ਮੈਂ ਬੰਦ ਕੀਤਾ ਹਾਲਾ ਘਣਾ ਕਿਲੋਮੀਟਰ ਧੰਨ ਮੈਂ ਗੱਲ ਦੀ ਤੇ ਉਹ ਤਾਂ ਵਾਰੀ ਗਾਡੀ ਪੰਚਰ ਜੇਕੋ ਸੀਨ ਬੀਠੋ ਤਾਂ ਵਾਰੀ ਤਾਂ ਬੁਧਾਈ ਤਾਂ ਯਾਦ ਹੋਣਾ ਪਿਆ ਬਈ ਪੈਂਚਰ ਵਾਲਾ ਨੈਸ਼ਨਲ ਸਟੇਡੀਅਮ ਕਰਾਚੀ ਪਾਕਿਸਤਾਨ ਅੱਗੇ ਹਲੇ ਸਹੀ ਹੈ ਤਾਂ ਉਹ ਐਂਡ ਕਰਨਾ ਵਲੋਗ ਕਹਿਤੇ ਹੀ